ਮੈਡਮ ਜੋ ਤੁਹਾਡੀ ਆਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਤੁਹਾਡੇ ਤੇ ਵੀ ਕਿਸੇ ਵੀ ਪ੍ਰਕਾਰ ਦਾ ਕਿਸੇ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਜਾਂ ਨਹੀਂ? ਨਹੀਂ ਜੀ, ਕੋਈ ਪ੍ਰੈਸ਼ਰ ਨਹੀਂ। ਮੈਡਮ ਇਹ ਪੂਰਾ ਮਾਮਲਾ ਕੀ ਸੀਗਾ? ਕੋਈ ਵੀ ਦੌੜ ਨੰਬਰ ਬਾਗ ਦਾ ਚਲਾਨ ਕੱਟਿਆ ਸੀ ਜੀ, ਉਹਨੂੰ ਲੈ ਕੇ ਸੀਗਾ। ਜੋ ਮੈਡਮ MLA ਨੇ ਤੁਹਾਨੂੰ ਟ੍ਰਾਂਸਫਰ ਦੀ ਧਮਕੀ ਦਿੱਤੀ, ਉਸ ਬਾਰੇ ਤੁਸੀਂ ਕੀ ਕਹੋਗੇ? ਸਰ ਟ੍ਰਾਂਸਫਰ ਸਾਡੀ ਜੌਬ ਦਾ ਹਿੱਸਾ ਆ, ਹੁੰਦੀ ਆ, ਕੋਈ ਚੱਕਰ ਨਹੀਂ ਗਾ। ਸਾਡੀਆਂ ਟ੍ਰਾਂਸਫਰ ਹੋਣੀਆਂ ਨੇ, ਡਿਪਾਰਟਮੈਂਟ ਪੂਰੀ ਤਰ੍ਹਾਂ ਤੁਹਾਡੇ ਨਾਲ ਹੈ ਜਾਂ ਨਹੀਂ? ਬਿਲਕੁਲ ਜੀ, ਬਿਲਕੁਲ ਪੂਰੀ ਤਰ੍ਹਾਂ ਨਾਲ ਹੈ। ਮੈਡਮ ਸਾਡੀ MLA ਘੁਬਾਇਆ ਨਾਲ ਵੀ ਗੱਲ ਹੋਈ, ਉਹਨਾਂ ਨੇ ਕਿਹਾ ਕਿ ਜਦੋਂ ਦੇ ਤੁਸੀਂ SHO ਲੱਗੇ ਹੋ ਉਸ ਤੋਂ ਬਾਅਦ ਫਾਜ਼ਿਲਕਾ ਵਿੱਚ ਨਸ਼ਾ ਤੇ ਪੁਲਿਸ ਵੱਲੋਂ ਰਿਸ਼ਵਤਖੋਰੀ ਵੱਧ ਗਈ ਆ, ਉਸ ਬਾਰੇ ਤੁਸੀਂ ਕੀ ਕਹੋਗੇ? ਸਰ ਦੇਖੋ, ਹਰੇਕ ਤਰ੍ਹਾਂ ਦੇ ਐਲੀਗੇਸ਼ਨ ਲੱਗਦੇ ਹੁੰਦੇ ਆ। ਕੋਈ ਵੀ SHO ਹੀ ਚਾਹੁੰਦਾ ਹੁੰਦਾ ਕਿ ਮੇਰੀ ਏਰੀਆ 'ਚ ਨਸ਼ਾ ਵਧੇ ਜਾਂ ਕੋਈ ਏਦਾਂ ਦੀ ਗੱਲ ਹੋ ਗਈ, ਜਿਹੜਾ ਕੋਈ ਦਿੱਕਤ ਹੈਗੀ ਉਹ ਮੇਰੇ ਆਫਿਸਰ ਨਾਲ ਗੱਲ ਕਰ ਸਕਦੇ ਆ, ਉਹਨਾਂ ਨੂੰ ਆਪਦਾ ਪੱਖ ਰੱਖ ਸਕਦੇ ਆ। ਬਟ ਉਹਨਾਂ ਨੂੰ ਇੱਦਾਂ ਵੀਡੀਓ 'ਤੇ ਵਾਇਰਲ ਬੋਲਣ ਦਾ ਕੋਈ ਹੱਕ ਨਹੀਂ ਹੈਗਾ ਗਾ। ਬਹੁਤ ਬਹੁਤ ਧੰਨਵਾਦ ਮੈਡਮ, ਸੱਚ ਦੱਸਣੇ ਚੈਨਲ ਨਾਲ ਗੱਲਬਾਤ ਕਰਨ ਲਈ। ਥੈਂਕ ਯੂ।